ਜਾਣ ਦਾ ਮਨ ਬਣਾਉਣਾ, ਇਹਦੇ ਨਾਲ ਮਾਹੌਲ ਵਧੀਆ ਬਣਿਆ ਰਹਿੰਦਾ, ਮਨ ਜਿਹੜਾ ਹਲਕਾ ਹੋ ਜਾਂਦਾ ਮੇਲਿਆਂ 'ਚ ਜਾ ਕੇ ਇੱਕ ਦੂਜੇ ਨਾਲ ਗੱਲਾਂ ਕਰਦੇ ਹੋ, ਕਿੱਦਾਂ ਭੰਗੜਾ ਦੇਖਦੇ ਹੋ, ਇੱਕ ਮਾਹੌਲ ਆ ਜਿਹੜਾ ਪੰਜਾਬ ਦਾ ਬਦਲਣਾ। ਸੋ ਮੈਂ ਬਹੁਤ ਧੰਨਵਾਦ ਕਰਦੀ ਹਾਂ ਸਾਰਿਆਂ ਸਿੰਘ ਪਰਿਵਾਰ ਦੇ ਮੈਂਬਰ ਨੂੰ ਵੀ ਇਨਵਾਈਟ ਇੱਥੇ ਕੀਤਾ ਗਿਆ ਵੱਲੋਂ। ਜੀ ਅਸੀਂ ਉਹਨਾਂ ਦੇ ਪਰਿਵਾਰ ਵੱਲੋਂ ਬਲਜੀਤ ਸਿੰਘ ਜੀ ਆਏ ਹੋਏ ਨੇ, ਉਹਨਾਂ ਦੇ ਭਤੀਜੇ ਅਤੇ ਉਹਨਾਂ ਦਾ ਵੀ ਅਸੀਂ ਹਾਂਜੀ ਦੋਤੇ ਆਏ ਨੇ, ਉਹਨਾਂ ਦੇ ਭਤੀਜੇ ਆਏ ਨੇ ਦਾਰਾ ਸਿੰਘ ਜੀ ਦੇ। ਜੀ ਹਰੀਕੇ ਪੱਤਣ ਝੀਲ ਨੂੰ ਵਿਕਸਿਤ ਕਰਨ ਬਾਰੇ ਮਤਲਬ ਪਿਛਲੀਆਂ ਸਰਕਾਰਾਂ ਨੇ ਬਹੁਤ ਕੁਝ ਐਲਾਨ ਕੀਤੇ, ਮਤਲਬ ਪੰਜਾਬ ਹੁਣ ਦੀ ਮੌਜੂਦਾ ਸਰਕਾਰ ਉਹਦੇ ਵਾਸਤੇ ਕੀ ਕਰ ਰਹੀ? ਅਸੀਂ ਇੱਕ ਪਾਲਿਸੀ ਲਾਂਚ ਕੀਤੀ ਸੀ ਜੀ ਵਾਟਰ ਟੂਰਿਜ਼ਮ, ਉਹ ਪਾਲਿਸੀ ਦੇ ਅਧੀਨ ਅਸੀਂ ਜਿਹੜੀਆਂ ਪੰਜਾਬ ਦੀਆਂ ਪਾਣੀ ਵਾਲੀਆਂ ਪੰਜਾਬ ਇਹ ਪੰਜ ਦਰਿਆਵਾਂ ਦੀ ਧਰਤੀ ਹੈ ਅਤੇ ਜੇ ਦਰਿਆ ਨੂੰ ਵਧੀਆ ਵਾਤਾਵਰਨ ਅਨੁਕੂਲ ਤਰੀਕੇ ਦੇ ਨਾਲ ਜਿਹੜੀਆਂ ਉੱਥੇ ਐਕਟੀਵਿਟੀਜ਼ ਕਰਕੇ ਦਰਿਆਵਾਂ ਨੂੰ ਦੁਨੀਆ ਪੱਧਰ 'ਚ ਹਾਈਲਾਈਟ ਕੀਤਾ ਜਾਵੇ, ਟੂਰਿਸਟ ਬੁਲਾਇਆ ਜਾਵੇ ਉਹਨਾਂ ਦਰਿਆਵਾਂ ਉੱਤੇ, ਅਸੀਂ ਟੂਰਿਜ਼ਮ ਨੂੰ ਵਧਾਉਣ ਵਾਸਤੇ ਜਿਹੜੀਆਂ ਵੈਟਲੈਂਡਸ ਨੇ ਜਾਂ ਵਾਟਰ ਬੋਡੀਜ਼ ਨੇ ਜਿਵੇਂ ਪਠਾਨਕੋਟ ਹੈ ਜਾਂ ਰੋਪੜ ਹੈ ਜਾਂ ਕੁਛ ਮੋਹਾਲੀ ਏਰੀਏ 'ਚ ਆ ਜਾਂਦੀਆਂ ਜਾਂ ਇੱਥੇ ਵੀ ਬੜੀ ਖੂਬਸੂਰਤ ਜਿਹੜੀ ਵਰਲਡ ਸੈਂਚਰੀ ਹੈਗੀ ਹੈ ਅਤੇ ਉਹਦੇ ਲਈ ਅਸੀਂ ਪੋਲਿਸੀ ਬਣਾਈ ਆ। ਬਹੁਤ ਸਾਰੇ ਇਨਵੈਸਟਰਸ ਨੇ ਜਿਹੜੇ ਉਹ ਪੰਜਾਬ ਵੱਲ ਆ ਰਹੇ ਨੇ, ਇਹਦੇ ਲਈ ਪ੍ਰਾਈਵੇਟ ਇਨਵੈਸਟਮੈਂਟ ਬਹੁਤ ਮਾਇਨੇ ਰੱਖਦੀ ਹੈ ਅਤੇ ਹਰ ਸੂਬੇ ਦੇ ਵਿੱਚ ਸਰਕਾਰ ਦੀਆਂ ਅੱਛੀਆਂ ਪੋਲਿਸੀਜ਼ ਅਤੇ ਇਨਵੈਸਟਮੈਂਟ ਦੇ ਨਾਲ ਨਾਲ ਜਿਹੜੀ ਪ੍ਰਾਈਵੇਟ ਇਨਵੈਸਟਮੈਂਟ ਹੈ ਬਹੁਤ ਵੱਡਾ ਜਿਹੜਾ ਰੋਲ ਅਦਾ ਕਰਦੀ ਹੈ। ਪੰਜਾਬ ਸਰਕਾਰ ਹਰ ਇਨਵੈਸਟਰ ਨੂੰ, ਜਿਹੜਾ ਵੀ ਬੰਦਾ ਅੱਜ ਇੱਥੇ ਹਰੀਕੇ ਪੱਤਣ ਬੜੀ ਬਾਕਮਾਲ ਜਗ੍ਹਾ ਇੱਥੇ ਟੂਰਿਸਟ ਪਲੇਸ ਲਈ ਅਸੀਂ ਬਹੁਤ ਸਾਰੇ ਇਹਨੂੰ ਹਾਈਲਾਈਟ ਕਰ ਰਹੇ ਹਾਂ ਅਤੇ ਤੁਹਾਨੂੰ ਇਹਦੇ ਅੱਛੇ ਜਿਹੜੇ ਸਾਰਥਕ ਨਤੀਜੇ ਨੇ ਆਉਣ ਵਾਲੇ ਸਮੇਂ 'ਚ ਮਿਲਣਗੇ। ਧੰਨਵਾਦ। ਮੇਲਿਆਂ ਦੇ ਵਿੱਚ ਵੱਧ ਚੜ੍ਹ ਕੇ ਆਉਣ, ਇਹਨੂੰ ਹੌਸਲਾ ਅਫਜ਼ਾਈ ਕਰਨ, ਇਹਨੂੰ ਹੋਰ ਹੁਲਾਰਾ ਦੇਣ ਤਾਂ ਕਿ ਜਿਹੜੇ ਇੱਥੇ ਆਰਟਿਸਟ ਕਲਾਕਾਰ ਪਰਫੋਰਮ ਕਰਦੇ ਨੇ, ਪਹਿਲਵਾਨ ਆਉਂਦੇ ਨੇ ਜਾਂ ਕਿਸੇ ਵੀ ਤਰੀਕੇ ਦਾ ਮੇਲਾ, ਉਹ ਤਾਂ ਹੀ ਕਾਮਯਾਬ ਹੁੰਦਾ ਜਦੋਂ ਲੋਕਾਂ ਦੀ ਸ਼ਮੂਲੀਅਤ, ਲੋਕਾਂ ਨੂੰ ਇਹ ਦੁਬਾਰਾ ਸੁਭਾਅ ਬਣਾਉਣ ਦੀ ਲੋੜ ਹੈ। ਨੌਜਵਾਨ ਪੀੜ੍ਹੀ ਜਿਹੜੀ, ਕਿਉਂਕਿ ਜਦੋਂ ਦੇ ਰੈਸਟੋਰੈਂਟ ਕਲੱਬ ਇਹ ਸਾਰੀਆਂ ਚੀਜ਼ਾਂ ਓਪਨ ਹੋਈਆਂ ਤਾਂ ਸ਼ਹਿਰੀ ਮਾਹੌਲ ਜ਼ਿਆਦਾ ਵਧਿਆ ਅਤੇ ਕਿਤੇ ਨਾ ਕਿਤੇ ਜਿਹੜੇ ਯੰਗਸਟਰ ਨੇ ਇਹ ਮੇਲਿਆਂ 'ਚ ਜਾਣਾ ਭੁੱਲ ਗਏ ਨੇ। ਹੁਣ 17 ਸੈਕਟਰ ਵੀ ਮੇਲਾ ਹੀ ਲੱਗਦਾ ਅਤੇ ਜੇ ਤੁਸੀਂ ਲਾਂਟੇਮਾਲ ਜਾਵੜ ਉੱਥੇ ਵੀ ਮੇਲਾ ਹੀ ਲੱਗਦਾ, ਪਰ ਜਿਹੜੇ ਆਹ ਮੇਲੇ ਨੇ ਜਿੱਥੇ ਸਾਡੇ ਰਵਾਇਤੀ ਖਾਣੇ, ਜਿੱਥੇ ਸਾਡੇ ਗਿੱਧੇ ਭੰਗੜੇ ਦੇ ਆਰਟਿਸਟ, ਜਿੱਥੇ ਪਤਾ ਨਹੀਂ ਕਿੰਨੇ ਬੰਦਿਆਂ ਨੂੰ ਰੋਜ਼ਗਾਰ ਮਿਲਦਾ ਅਤੇ ਜਿੱਥੇ ਸਾਡੇ ਆਮ ਪੇਂਡੂ ਮਾਵਾਂ ਭੈਣਾਂ ਆ ਕੇ ਵੀ ਆਨੰਦ ਮਾਣ ਸਕਦੀਆਂ, ਮੇਰੀ ਨੌਜਵਾਨ ਪੀੜ੍ਹੀ ਅੱਗੇ ਬੇਨਤੀ ਹੈ ਕਿ ਅਸੀਂ ਇਹ ਮੇਲਿਆਂ ਦਾ ਜਿਹੜਾ ਪੱਧਰ ਉਹ ਅਪਗ੍ਰੇਡ ਕੀਤਾ, ਉਹਨਾਂ ਨੂੰ ਵਧੀਆ ਤਰੀਕੇ ਨਾਲ ਔਰਗੇਨਾਈਜ਼ ਕਰ ਰਹੇ ਹਾਂ। ਸੋ ਸਾਰੇ ਜਣੇ ਨੌਜਵਾਨ ਪੀੜ੍ਹੀ ਇਹਨਾਂ ਮੇਲਿਆਂ 'ਚ ਆਉਣ, ਤਾਂ ਹੀ ਸਾਡੇ ਮੇਲੇ ਕਰਾਉਣ ਦਾ ਫਾਇਦਾ, ਤਾਂ ਹੀ ਸਾਨੂੰ ਹੌਸਲਾ ਮਿਲਦਾ, ਲੋਕਾਂ ਨੂੰ ਹੌਸਲਾ ਮਿਲਦਾ ਅਤੇ ਸਰਕਾਰ ਸਰਦਾਰ ਭਗਵੰਤ ਮਾਨ ਜੀ ਆਪਣੇ ਵੱਲੋਂ ਪੂਰੀ ਵਾਹ ਲਾਈ ਅਸੀਂ ਇਹ ਪ੍ਰੋਗਰਾਮ ਉਲੀਕਣ ਲਈ। 22 ਜ਼ਿਲ੍ਹਿਆਂ ਦੇ ਵਿੱਚ ਹਰ ਜ਼ਿਲ੍ਹੇ 'ਚ ਹਰ ਮਹੀਨੇ ਅਸੀਂ 2 ਜ਼ਿਲ੍ਹਿਆਂ 'ਚ ਮੇਲੇ ਕਰਾ ਰਹੇ ਹਾਂ, ਉਹ ਵੀ ਰਾਜ ਪੱਧਰੀ ਚੰਗੀ ਉਹਦੇ ਨਾਲ। ਅੱਜ ਅਸੀਂ ਜਿਹੜਾ ਜੇਤੂ ਨੂੰ ਇਨਾਮ ਵੀ ਦੇਣਾ 5 ਲੱਖ ਰੁਪਇਆ, 10 ਲੱਖ ਦੇ ਤਕਰੀਬਨ ਅਸੀਂ ਇਨਾਮ ਵੰਡ ਰਹੇ ਹਾਂ। ਸੋ ਇਹ ਸਾਰਾ ਕੀ ਹੌਸਲਾ ਅਫਜ਼ਾਈ ਕਰਨ ਲਈ ਸਰਕਾਰ ਆਪਣੇ ਵੱਲੋਂ ਜੋ ਕਰ ਸਕਦੀ ਹੈ ਅਸੀਂ ਕਰ ਰਹੇ ਹਾਂ।